ਬੱਚੀ ਕਰਕਰਿਆ ਦਾ ਆਰਟੀਕਲ ਹੈ ਖੁਸ਼ਵੰਤ ਸਿੰਘ ਬੇਜੋੜ ਸ਼ਰਾਰਤ ਵਾਲਾ ਸ਼ਖਸ ਉੱਪਰ ਸਵਰਗ 'ਚ ਯਕੀਨੀ ਤੌਰ ਤੇ ਰੌਲਾ ਪੈ ਰਿਹਾ ਹੋਵੇਗਾ ਅਰਸ਼ਾਂ ਦੀਆਂ ਹੋਰਾਂ ਵੀ ਕੰਬਦੀਆਂ ਹੋਈਆਂ ਭਾਰਤ ਦੇ ਆਪੂ ਥਾਪੇ ਸਭ ਤੋਂ ਮਲੀਨ ਬਜ਼ੁਰਗ ਬੰਦੇ ਦੀ ਉਡੀਕ ਕਰ ਰਹੀਆਂ ਹੋਣਗੀਆਂ ਤੇ ਕਾਫੀ ਸਮਾਂ ਪਹਿਲਾਂ ਮਰ ਚੁੱਕੇ ਪੁਰਸ਼ਾਂ ਦੀ ਇੱਕ ਵੱਡੀ ਕਤਾਰ ਵੀ ਉਸ ਵਿਅਕਤੀ ਦੇ ਹਮਲੇ ਲਈ ਆਪਣੇ ਹਥਿਆਰ ਤੀਜ਼ ਕਰ ਰਹੀ ਹੋਵੇਗੀ ਜਿਨੇ ਇੰਨੇ ਭੜੇ ਸ਼ੋਕ ਸੰਦੇਸ਼ ਲਿਖੇ ਮੌਤ ਵੀ ਪੰਬਲਪੂਸੇ 'ਚ ਪਈ ਹੋਏਗੀ ਤੇ ਉਹਨੂੰ ਇਹ ਪਤਾ ਨਹੀਂ ਹੋਏਗਾ ਕਿ ਉਹ ਆਪਣਾ ਸਿਰ ਸ਼ਰਮ ਨਾਲ ਝੁਕਾਵੇ ਜਾਂ ਤਸੱਲੀ ਨਾਲ ਮੁਸਕਰਾਵੇ ਫਿਰ ਵੀ ਇਹਨਾਂ ਸਭ 'ਚ ਵਿਰੋਧਾਪਾਸ ਹੈ ਖੁਸ਼ਵੰਤ ਸਿੰਘ ਨੇ ਭਾਵੇਂ ਇੱਕ ਔਰਤ ਬਾਜ਼ ਹੋਣ ਦੇ ਆਪਣੇ ਅਕਸ ਨੂੰ ਬढ़ावा ਦਿੱਤਾ ਹੋਵੇ ਲਗਾਤਾਰ ਪਰ ਫਿਰ ਵੀ ਇਹ ਸਭ ਪਿੱਛੋਂ ਜ਼ਿਆਦਾਤਰ ਸਿਰਫ ਦਮਗਜ਼ਾਈ ਸੀ ਮਰ ਚੁੱਕੇ ਲੋਕਾਂ ਨੂੰ ਨਿੰਦਣਾ ਭਾਵੇਂ ਕਿਸੇ ਬੁਜਦਿਲ ਦਾ ਕੰਮ ਲੱਗੇ ਪਰ ਉਹ ਆਪਣੇ ਸਮਿਆਂ ਦੀ ਸਭ ਤੋਂ ਬਹਾਦਰ ਤੇ ਬੁਲੰਦ ਆਵਾਜ਼ ਸੀ ਭਾਵੇਂ ਆਪਣੀ ਮੌਤ ਨਾਲ ਉਹ ਆਪਣੀ ਉਮਰ ਦਾ ਸੈਂਕੜਾ ਪੂਰਾ ਕਰਨ ਤੋਂ ਖੁੰਝ ਗਿਆ ਪਰ ਮੈਂ ਅੱਜ ਤੱਕ ਕੋਈ ਅਜਿਹਾ ਵਿਅਕਤੀ ਨਹੀਂ ਵੇਖਿਆ ਜੋ ਜ਼ਿੰਦਗੀ ਪ੍ਰਤੀ ਜ਼ਿੰਦਾਦਿਲੀ ਵਾਲੀ ਪਹੁੰਚ ਰੱਖਦਾ ਹੋਵੇ ਪਰ ਜਿਸ ਨੂੰ ਮੌਤ ਪ੍ਰਤੀ دیਵਾਨਗੀ ਹੋਵੇ ਇਸ ਬਾਰੇ ਉਹਨੇ ਆਪਣੇ ਪੰਜਾਵੇਂਾਂ 'ਚ ਦ ਇਲਸਟ੍ਰੇਟਿਡ ਵੀਕਲੀ ਆਫ ਇੰਡੀਆ ਦੇ ਸੰਪਾਦਕ ਹੁੰਦੇ ਹੋਏ ਵੀ ਗੱਲ ਕੀਤੀ ਤੇ ਲਿਖਿਆ ਆਪਣੇ ਖੁਦ ਦੀ ਮੌਤ ਦਾ ਖਿਆਲ ਉਤੇ ਛਾਇਆ ਰਹਿੰਦਾ ਸੀ ਜਦੋਂ ਉਹਨੇ ਆਪਣੀ ਸੋਹਣੀ ਪਤਨੀ ਕਵਲ ਨੂੰ ਐਲਜ਼ਾਈਮਰ ਨਾਲ ਮਰਦਿਆਂ ਵੇਖਿਆ ਬੀਤੇ ਕੁਝ ਆਖਰੀ ਵਰਿਆਂ ਚ ਆਪਣੀ ਆਰਾਮ ਕੁਰਸੀ 'ਚ ਢਿੱਲਾ ਜਿਹਾ ਹੋ ਕੇ ਬੈਠਦੇ ਆ ਤੇ ਆਪਣੀ ਕਮਾਲ ਦੀ ਯਾਦਦਾਸ਼ਤ ਸਦਕਾ ਉਰਦੂ ਉਰਦੂ ਸ਼ਾਇਰੀ ਕਹਿੰਦਿਆ ਉਸ ਸਿਵਾਏ ਮੌਤ ਤੇ ਹੋਰ ਕੋਈ ਗੱਲ ਨਹੀਂ ਸੀ ਕਰਦਾ ਪਰ ਇਹਦੇ باوجود ਵੀ ਉਹਦੀਆਂ ਕੁਝ ਚੀਜ਼ਾਂ ਕਾਇਮ ਸਨ ਜਿਵੇਂ ਕਿ ਦੇਰੀ ਨਾ ਲਾਉਣ ਤੇ ਕਿਸੇ ਨੂੰ ਤਾੜਨਾ ਚੰਗੀ ਸੰਗਤ 'ਚ ਖੁਸ਼ੀ ਮਹਿਸੂਸ ਕਰਨੀ ਸਰਦੀਆਂ ਦੇ ਮੌਸਮ ਵਿੱਚ ਉਸੋਲੋਂ ਕੁੱਟਕੇ ਪਾਈ ਜੱਫੀ ਸੋ ਸਵਰਗ 'ਚ ਉਹਦੇ ਸ਼ਾਮ ਵੇਲੇ ਦੇ ਦਰਬਾਰ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਇੱਕ ਤੇਜ਼ ਦਿਮਾਗ ਮਸ਼ਹੂਰ ਹਸਤੀ ਇੱਕ ਸਰਦਾਰ ਦੋਸਤ ਅਮਰੀਕੀ ਜਾਂ ਪਾਕਿਸਤਾਨੀ ਸਿੱਖਿਆ ਸ਼ਾਸਤਰੀ ਇਹ ਲੇਖਕ ਦੇ ਜ਼ਰੂਰੀ ਤੌਰ ਤੇ ਖੂਬਸੂਰਤ ਕੁੜੀ ਦੋ ਵਾਰ ਸ਼ਰਬਤ ਦਾ ਪੈਗ ਲਾਉਣਾ ਤੇ ਹਰ ਹਾਲਤ ਵਿੱਚ ਰਾਤ ਦੇ 8:00 ਵਜੇ ਵਿਦਾਈ ਲੈਣਾ ਆਪਣੀ ਲੇਖਣੀ ਦਾ ਕਾਰਜਕ੍ਰਮ ਉਹ ਸਵੇਰ ਦੇ 5:00 ਵਜੇ ਸ਼ੁਰੂ ਕਰ ਦਏਗਾ ਇਸ ਲਈ ਪਰੀਆਂ ਨੂੰ ਆਪਣੇ ਚਾਨਣ ਦੇ ਘੇਰਿਆਂ ਦਾ ਧਿਆਨ ਵੀ ਰੱਖਣਾ ਪਵੇਗਾ ਖੁਸ਼ਵੰਤ ਸਿੰਘ ਤੇ ਮੈਂ ਦੋਵਾਂ ਨੇ 1969 ਚ ਦਾ ਇਲਸਟ੍ਰੇਟਿਡ ਵੀਕਲੀ ਆਫ ਇੰਡੀਆ ਚ ਪਰਵੇਸ਼ ਕੀਤਾ ਸੀ ਉਨੇਕ ਬਿਹਤਰੀ ਤਾਰੀਫ ਪਾਏ ਨਾਵਲਕਾਰ ਵੱਜੋਂ ਜਿਹਨੂੰ ਸੰਪਾਦਕ ਬਣਨ ਲਈ ਮਨਾ ਲਿਆ ਗਿਆ ਸੀ ਤੇ ਮੈਂ ਇੱਕ ਸਿੱਖਾੰਦਰੂ ਵੱਜੋਂ ਉਸ ਪਹਿਲੀ ਸਵੇਰ ਦੇ 8:45 ਵਜੇ ਮਨੋਰ ਫਰਨੀਚਰ ਸਾਫ ਕਰ ਰਿਹਾ ਸੀ ਜਦੋਂ ਉਹਨੇ ਬੇਟੇ ਦੇ ਕੱਪੜੇ ਪਾਏ ਇਸ ਵਿਅਕਤੀ ਨੂੰ ਵੇਖਿਆ ਮਨੋਰ ਉਸ ਵੱਲ ਸਖਤ ਨਿਗਾਹਾਂ ਨਾਲ ਵੇਖ ਕੇ ਬੁੜਬੜਾਇਆ ਐਡੀਟਰ ਅਭੀ ਤੱਕ ਨਹੀਂ ਆਏ ਐ ਇਸ ਤੇ ਉਹ ਵਿਅਕਤੀ ਨੇ ਕਿਹਾ ਮੈਂ ਹੀ ਐਡੀਟਰ ਹੂੰ ਇੱਕ ਦੇ ਹੱਕ ਕੇ ਮਗਰੋਂ ਇਲਸਟ੍ਰੇਟਿਡ ਵੀਕਲੀ ਛੱਡ ਕੇ ਜਾਣ ਦੇ ਸਮੇਂ ਤੱਕ ਉਹਨੇ ਵੀਕਲੀ ਨੂੰ ਮਕਬੂਲ ਤੇ ਪ੍ਰਭਾਵਸ਼ਾਲੀ ਬਣਾ ਦਿੱਤਾ ਸੀ ਈਰਖਾ ਕਰਨ ਵਾਲੇ ਲੋਕਾਂ ਨੇ ਵੀਕਲੀ ਦੀ ਸਫਲਤਾ ਪਿੱਛੇ ਉਸ ਪੱਖ ਦਾ ਹੱਥ ਦੱਸਿਆ ਜਿਹਨੂੰ ਖੁਸ਼ਵੰਦ TQ ਪਾਵ ਕਾਮੁਕਤਾ ਦਾ ਪੱਖ ਕਹਿੰਦਾ ਹੈ ਸੱਚ ਤਾਂ ਇਹ ਹੈ ਕਿ ਖੁਸ਼ਵੰਦ ਦਾ ਪਹਿਲਾ ਵਿਅਕਤੀ ਕਿ ਖੁਸ਼ਵੰਦ ਪਹਿਲਾ ਵਿਅਕਤੀ ਸੀ ਜਿਹਨੇ ਇਹ ਸਮਝਿਆ ਸੀ ਕੀ ਕਾਮਯਾਬੀ ਦਾ ਫਾਰਮੂਲਾ ਹੈ ਪਾਟਕਾਂ ਨੂੰ ਕੀ ਚਾਹੀਦਾ ਹੈ ਤੇ ਪਾਟਕਾਂ ਦੀ ਬੁੱਧੀਮਤਾ ਨੂੰ ਸਮੇਂ ਦੇ ਤੇ ਉਹਦਾ ਸਨਮਾਨ ਕਰਦੇ ਹੋਏ ਉਹਨੇ ਉਹਨਾਂ ਨੂੰ ਇਹ ਚੀਜ਼ਾਂ ਮੁਹੱਈਆ ਕਰਵਾਈਆਂ ਅਸਲ ਲੋਕ ਚਲਨ ਤੇ ਮੁੱਦੇ ਸਭ ਦੀ ਗਹਿਰਾਈ ਨਾਲ ਪੜਤਾਲ ਕਰਕੇ ਸਾਫ ਰੂਪ ਚ ਪੇਸ਼ ਕਰਨਾ ਕੁਸ਼ਵੰਤ ਜੀ ਦੇ ਵੀਕਲੀ ਵਿੱਚ ਭਾਰਤ ਦੇ ਕਈ ਭਾਈਚਾਰਿਆਂ ਨੂੰ ਸਥਾਨ ਮਿਲਿਆ ਤੇ ਰੋਮਾਂਚਿਤ ਹੋਏ ਉਹਨਾਂ ਦੇ ਮੈਂਬਰ ਉਮਰ ਪਰ ਲਈ ਪਾਠਕ ਬਣ ਗਏ ਸ਼ਕੀਲਾ ਬਾਨੋ ਪੋਪਾਲੀ ਨੇ ਹਰੀ ਪ੍ਰਸਾਦ ਚਰਸੀਆ ਨੂੰ ਪਛਾਣ ਛੱਡ ਦਿੱਤਾ 70ਵਿਆਂ ਦੇ ਮੱਧ ਦੇ ক্রিকেট ਅੰਕ ਦੀ ਸਰਕੂਲੇਸ਼ਨ ਰਿਕਾਰਡ 3 ਲੱਖ ਤੱਕ ਪੁੱਜੀ ਜਦੋਂ ਕਿ ਟਾਈਮਜ਼ ਆਫ ਇੰਡੀਆ ਦੀ ਸਰਕੂਲੇਸ਼ਨ 1 ਲੱਖ ਸੀ ਉਹਨੇ ਆਪੋਂ ਬਣੇ ਧਾਰਮਿਕ ਬਾਬਿਆਂ ਦੇ ਬਾਝ ਉਗੇੜੇ ਅਜੇ ਸਮੇਂ ਜਦੋਂ ਆਪਣੇ ਨਾਮ ਤੇ ਖਬਰ ਛਪਾਉਣ ਲਈ ਤੁਹਾਨੂੰ ਮਸ਼ਹੂਰ ਹੋਣਾ ਪੈਂਦਾ ਹੈ ਉਨੇ ਸਿਕੰਦਰੂ ਪੱਤਰਕਾਰਾਂ ਜਿਵੇਂ ਕਿ ਐਮ ਜੇ ਅਕਬਰ, ਵਿਕਰਮ 보ਰਾ, ਰਮੇਸ਼ ਚੰਦਰਨ ਤੇ ਜਿਕਸ ਕਲੜਾ ਨੂੰ ਕਵਰ ਸਟੋਰੀਜ਼ ਦੀ ਜ਼ਿੰਮੇਵਾਰੀ ਸੰਭੀ ਮੈਂ ਉਹਦੀ ਸ਼ਾਬਾਸ਼ ਹਾਸਲ ਕਰਕੇ ਰੋਮਾਂਚਿਤ ਹੋਇਆ ਉਹਦੀ ਡਾਂਟ ਖਾ ਕੇ ਦਬ ਗਿਆ ਤੇ ਉਹਦੀ ਮਿਸਾਲ ਤੋਂ ਇਹ ਸਿੱਖਿਆ ਕਿ ਤੁਸੀਂ ਆਪਣੇ ਕੰਮ ਨੂੰ ਗੰਭੀਰਤਾ ਤੇ ਖੁਦ ਨੂੰ ਹਲਕੇ ਤੌਰ ਤੇ ਲਓ ਉਹ ਭਾਰਤ ਦੇ ਪ੍ਰਸਿੱਧ ਨਾਵਲਕਾਰਾਂ ਚੋਂ ਇੱਕ ਸੀ ਸਿੱਖ ਇਤਿਹਾਸ ਤੇ ਧਰਮ ਤੇ ਉਹਦੀ ਪੂਰੀ ਪਕੜ ਸੀ ਰੁੱਖਾਂ ਤੇ ਪੰਛੀਆਂ ਬਾਰੇ ਉਹ ਇੱਕ ਗਿਆਨ ਕੋਸ਼ ਸੀ ਆਪਣੇ ਸਮੇਂ ਦਾ ਸਭ ਤੋਂ ਕਾਮਯਾਬ ਸੰਪਾਦਕ ਸੀ ਪਰ ਜੇਕਰ ਕੋਈ ਉਪ ਸੰਪਾਦਕ ਵੀ ਉਹਨਾਂ ਦੀ ਖਬਰ 'ਚ ਕੋਈ ਔਣਤਾਈ ਜਾਂ ਗਲਤੀ ਕਰ ਦਿੰਦਾ ਜਾਈ ਕਹਿ ਦਿੰਦਾ ਕਿ ਖਬਰ ਜ਼ਿਆਦਾ ਹੀ ਲੰਮੀ ਹੈ ਤੋ ਉਹ ਕਹਿੰਦੇ ਬਦਲ ਦਿਓ ਕੱਟ ਦਿਓ ਸਿੱਖਿਆਤ ਕਰਨ ਲਈ ਧੰਨਵਾਦ ਖੁਸ਼ਵੰਤ ਜੀ ਤੇ ਮਾਫ ਕਰਨਾ ਜੇਕਰ ਇਹ ਸ਼ੋਕ ਸੰਦੇਸ਼ ਉਸ ਪ੍ਰਸ਼ੰਸਾ ਦੀ ਸ਼ਕਲ ਲੈ ਲਵੇ ਜਿਸ ਤੋਂ ਤੁਹਾਨੂੰ ਨਫ਼ਰਤ ਸੀ ਟਾਈਮਜ਼ ਆਫ ਇੰਡੀਆ ਮਾਰਚ 2014 ਧੰਨਵਾਦ